ਸਿਨਾਰੀਆਂ ਕੋਡ ਆਫ ਕੰਡਕਟ ਲੱਗਾ ਹੋਇਆ ਹੁਣ ਜਿਹੜੀ ਹੈਗੀ ਆ ਸਰਕਾਰ ਨਵੀਂ ਚੁਣਨੀ ਹੈ ਸੋ ਉਹਦੇ ਵਾਸਤੇ ਅਸੀਂ ਲਗਾਤਾਰ ਐਨਵਾਇਰਨਮੈਂਟ ਦਾ ਮੁੱਦਾ ਜਿਹੜਾ ਹੈਗਾ ਅਸੀਂ ਉਭਾਰਦੇ ਆਏ ਹਾਂ 2008 ਤੋਂ ਲੈ ਕੇ ਹਰ ਇਲੈਕਸ਼ਨ ਦੇ ਵਿੱਚ ਉਹਦੇ ਵਾਸਤੇ ਕਿ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਆਪਣੇ ਚੋਣ ਮੈਨੀਫੈਸਟੋ 'ਚ ਗ੍ਰੀਨ ਜਿਹੜਾ ਹੈ ਮੈਨੀਫੈਸਟੋ ਲੈ ਕੇ ਆਉਣ ਉਹ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬਣਾ ਕੇ ਵੀ ਦਿੱਤਾ ਕਿ ਜਿਹੜੇ ਸਾਡਾ ਪੰਜਾਬ ਦਾ ਜਿਹੜਾ ਪਾਣੀ ਆ ਉਹ 17 ਸਾਲ ਦਾ ਰਹਿ ਗਿਆ ਅਤੇ ਜਿਹੜਾ 17 ਸਾਲਾਂ ਤੋਂ ਮਗਰੋਂ ਜਿਹੜੇ ਬੱਚੇ ਸਾਡੇ ਉਹ ਪਾਣੀ ਕਿੱਥੋਂ ਪੀਣਗੇ ਖੇਤੀ ਸਾਡੀ ਜਿਹੜੀ ਪੰਜਾਬ ਜਿਹੜੀ ਆ ਖੇਤੀ ਆਧਾਰਿਤ ਸਟੇਟ ਆ ਅਤੇ ਪਾਣੀ 17 ਸਾਲਾਂ ਦਾ ਰਹਿ ਗਿਆ ਅਤੇ ਉਦੋਂ ਮਗਰੋਂ ਸਾਡੀ ਖੇਤੀ ਕਿੱਥੇ ਜਾਊਗੀ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਚੋਣ ਮੈਨੀਫੈਸਟੋ ਵਿੱਚ ਗ੍ਰੀਨ ਮੈਨੀਫੈਸਟੋ ਲੈ ਕੇ ਆਓ ਆ ਜਿਹੜੇ ਸਾਡੇ ਜੰਗਲਾਤ ਦਾ ਰਕਬਾ ਘੱਟ ਰਿਹਾ ਜਿਹੜਾ 38% ਤੋਂ 4-5% 'ਤੇ ਰਹਿ ਗਿਆ ਇਹਨੂੰ ਘੱਟੋ ਘੱਟ 5 ਸਾਲਾਂ ਦੇ ਵਿੱਚ 10% ਤੱਕ ਕਿਸ ਤਰ੍ਹਾਂ ਲੈ ਕੇ ਆਉਂਗੇ ਉਹਦਾ ਪ੍ਰੋਗਰਾਮ ਦਿਓ ਸਾਡੀ ਜਿਹੜੀ ਖੇਤੀ ਹੈ ਜਿਹੜੀ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਜਿਹੜਾ ਪਾਣੀ ਹੈ ਇਹਨੂੰ ਅਸੀਂ ਜਿਹੜਾ ਥੱਲੇ ਜਾਣ ਤੋਂ ਕਿੱਦਾਂ ਬਚਾਵਾਂਗੇ ਜਿਹੜੀ ਜ਼ਹਿਰਾਂ ਦੇ ਨਾਲ ਅਸੀਂ ਖੇਤੀ ਕਰ ਰਹੇ ਹਾਂ ਅਤੇ ਉਹਦੇ ਨਾਲ ਬਹੁਤ ਵੱਡੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਲੱਗ ਰਹੀਆਂ ਜਿਹਦਾ ਕਰਕੇ ਆਮ ਗਰੀਬ ਇਨਸਾਨ ਤਾਂ ਬੜਾ ਦੁਰਦਸ਼ਾ ਦੇ ਵਿੱਚ ਜੀ ਰਿਹਾ ਸੋ ਅੱਜ ਇਲੈਕਸ਼ਨ ਆ ਅਤੇ ਅਸੀਂ ਇੱਕ ਪਾਸੇ ਤਾਂ ਪੋਲੀਟੀਕਲ ਪਾਰਟੀਆਂ ਨੂੰ ਸੁਚੇਤ ਕਰ ਰਹੇ ਹਾਂ ਵੀ ਤੁਸੀਂ ਚੋਣ ਮੈਨੀਫੈਸਟੋ 'ਚੋਂ ਲੈ ਕੇ ਆਓ ਦੂਸਰਾ ਅਸੀਂ ਸਾਰੇ ਪੰਜਾਬ ਦੇ ਵੋਟਰਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਘੱਟੋ ਘੱਟ ਜਿਹੜਾ ਹੈਗਾ ਪੋਲੀਟੀਕਲ ਪਾਰਟੀਆਂ ਤੋਂ ਜਿਹੜਾ ਸ਼ੁੱਧ ਵਾਤਾਵਰਣ ਉਹ ਮੰਗੋ ਸਾਨੂੰ ਭਾਰਤ ਦੇ ਸੰਵਿਧਾਨ ਅਨੁਸਾਰ ਰਾਈਟ ਟੂ ਲਿਵ ਜਿਉਣ ਦਾ ਹੱਕ ਸਾਨੂੰ ਸੰਵਿਧਾਨ ਦਿੰਦਾ ਸਾਡਾ ਫੰਡਾਮੈਂਟਲ ਰਾਈਟ ਆ ਸ਼ੁੱਧ ਹਵਾ ਸ਼ੁੱਧ ਪਾਣੀ ਸ਼ੁੱਧ ਖੁਰਾਕ ਇਹ ਹਰ ਨਾਗਰਿਕ ਦਾ ਅਧਿਕਾਰ ਆ ਪਸ਼ੂ ਪੰਛੀਆਂ ਦਾ ਵੀ ਅਧਿਕਾਰ ਆ ਪਰ ਹਰ ਸਰਕਾਰ ਦੀ ਡਿਊਟੀ ਆ ਜਿਹੜੀ ਸਤਾ ਦੇ ਵਿੱਚ ਆ ਕਿ ਉਹ ਹਰ ਨਾਗਰਿਕ ਨੂੰ ਇਹ ਸ਼ੁੱਧ ਹਵਾ ਸ਼ੁੱਧ ਪਾਣੀ ਸ਼ੁੱਧ ਖੁਰਾਕ ਪ੍ਰੋਵਾਈਡ ਕਰਾਵੇ ਅੱਜ ਤਿੰਨੇ ਹੀ ਚੀਜ਼ਾਂ ਸਾਡੇ ਕੋਲ ਹੈ ਨਹੀਂ ਅਤੇ ਹੁਣ ਤੱਕ ਸਾਡੀਆਂ ਜਿੰਨੀਆਂ ਵੀ ਸਰਕਾਰਾਂ ਬਣੀਆਂ ਉਹ ਅਸਫਲ ਰਹੀਆਂ ਕਿਉਂਕਿ 1974 ਦਾ ਐਕਟ ਬਣਿਆ ਉਹ ਜਿਹੜਾ ਸੀ ਕਿ ਸਾਡਾ ਜਿਉਣ ਦਾ ਹੱਕ ਜਿਹੜਾ ਹੈਗਾ ਉਹਨੂੰ ਜਿਹੜਾ ਹੈ ਸੁਰੱਖਿਅਤ ਕੀਤਾ ਜਾਵੇ ਹਵਾ ਪਾਣੀ ਧਰਤੀ ਦਾ ਉਹ ਖਿਆਲ ਰੱਖਣ ਪਰ ਇਹ ਇੰਨਾ ਕੁ ਖਿਆਲ ਉਹਨਾਂ ਨੇ ਰੱਖਿਆ ਕਿ 1974 ਤੋਂ ਲੈ ਕੇ ਜਿਹੜਾ ਸਾਡਾ ਇਨਵਾਇਰਮੈਂਟ ਆ ਪ੍ਰਦੂਸ਼ਿਤ ਹੁੰਦਾ ਗਿਆ ਪੋਲਿਊਸ਼ਨ ਕੰਟਰੋਲ ਬੋਰਡ ਵੀ ਜਿਹੜਾ ਹੈਗਾ ਕੁਛ ਨਹੀਂ ਕਰ ਸਕਿਆ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਵੀ ਕੁਛ ਨਹੀਂ ਕਰ ਸਕਿਆ ਕਿਉਂਕਿ ਇਹ ਆਜ਼ਾਦ ਅਦਾਰੇ ਨਹੀਂ ਇਹਨਾਂ ਦੇ ਉੱਤੇ ਵੀ ਪੋਲੀਟੀਕਲ ਪ੍ਰਭਾਵ ਆ ਸੋ ਅੱਜ ਬਹੁਤ ਵੱਡੀ ਲੋੜ ਆ ਕਿ ਜੇ ਅਸੀਂ ਸਾਰੇ ਲੋਕ ਵੋਟ ਪਾਉਣ ਤੋਂ ਪਹਿਲਾਂ ਜਿਸ ਵੀ ਪਾਰਟੀ ਨੂੰ ਵੋਟ ਪਾਉਣੀ ਆ ਜਿਸ ਵੀ ਕੈਂਡੀਡੇਟ ਨੂੰ ਵੋਟ ਪਾਉਣੀ ਆ ਘੱਟੋ ਘੱਟ ਆਪਾਂ ਜਿਉਣ ਦਾ ਹੱਕ ਤਾਂ ਉਹਨਾਂ ਤੋਂ ਮੰਗੀਏ ਹੁਣ ਤੱਕ ਇਹ ਧਾਰਨਾ ਬਣੀ ਰਹੀ ਹੈ ਕਿ ਜਿਹੜੇ ਗਰੀਬ ਲੋਕ ਆ ਉਹ ਪੈਸੇ 'ਤੇ ਵੋਟਾਂ ਪਾ ਦਿੰਦੇ ਆ ਜਾਂ ਜਿਹੜੇ ਹੈਗੇ ਆ ਸ਼ਰਾਬ ਨਸ਼ਿਆਂ 'ਤੇ ਵੋਟਾਂ ਪਾ ਦਿੰਦੇ ਆ ਅਸੀਂ ਵੀ ਇਹੀ ਸੋਚਦੇ ਸੀ ਪਰ ਅਸੀਂ ਜਦੋਂ ਸੋਚਿਆ ਕਿ 50% ਸਾਡੀਆਂ ਮਾਤਾਵਾਂ ਬੀਬੀਆਂ ਭੈਣਾਂ ਵੋਟਰ ਉਹ ਸ਼ਰਾਬ ਥੋੜ੍ਹੋ ਲੈਂਦੀਆਂ ਜਾਂ ਉਹ ਪੈਸੇ ਥੋੜ੍ਹੋ ਲੈਂਦੀਆਂ ਅਤੇ ਨਾਲ ਦੀ ਨਾਲ ਜਿਹੜੇ ਸਾਡੇ ਸੂਝਵਾਨ ਲੋਕ ਆ IAS PCS ਅਧਿਕਾਰੀ ਡਾਕਟਰ ਸਾਹਿਬਾਨ ਟੀਚਰ ਸਾਹਿਬਾਨ ਜਿਹੜੇ ਨੌਜਵਾਨ ਜੰਗ ਹੈਗੇ ਆ ਉਹ ਵੀ ਕੋਈ ਪੈਸਿਆਂ 'ਤੇ ਵੋਟ ਨਹੀਂ ਪਾਉਂਦਾ ਤਕਰੀਬਨ 80% ਅਸੀਂ ਕਹਿ ਲਈਏ ਵੀ ਲੋਕ ਉਹ ਵੋਟਰ ਆ ਜਿਹੜੇ ਵੋਟ ਤਾਂ ਪਾਉਂਦੇ ਆ ਪਰ ਕਿਸੇ ਵੀ ਪੋਲੀਟੀਕਲ ਪਾਰਟੀ ਤੋਂ ਕਦੇ ਇਹ ਨਹੀਂ ਮੰਗਿਆ ਕਿ ਸਾਡੇ ਬੱਚਿਆਂ ਦਾ ਭਵਿੱਖ ਕੀ ਹੋਊਗਾ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੀ ਜਿਹੜੀ ਚੁੱਪੀ ਆ ਉਹ ਤੁਹਾਡੀ ਚੁੱਪੀ ਕਾਰਨ ਹੋਣ ਕਰਕੇ ਤੁਸੀਂ ਨਹੀਂ ਬੋਲਣ ਕਰਕੇ ਇਹ ਪੰਜਾਬ ਦੇ ਹਾਲਾਤ ਬਣੇ ਆ ਜਿਹਦੇ ਨਾਲ ਹਰ ਵੋਟਰ ਹਰ ਪੋਲੀਟੀਕਲ ਪਾਰਟੀ ਤੋਂ ਹਰ ਕੈਂਡੀਡੇਟ ਤੋਂ ਇਹ ਮੰਗਣ ਲੱਗ ਪਿਆ ਕਿ ਸਾਨੂੰ ਦੱਸੋ ਤੁਹਾਡਾ ਏਜੰਡਾ ਕੀ ਆ ਤੁਸੀਂ ਸਾਡੇ ਪਾਣੀ ਕਿੱਦਾਂ ਬਚਾਓਗੇ ਪਾਣੀ ਜਿਹੜਾ ਥੱਲੇ ਜਾ ਰਿਹਾ ਇਹਨੂੰ ਕਿੱਦਾਂ ਰੋਕੋਗੇ ਸਾਡੀ ਫਸਲਾਂ ਨੂੰ ਜਿਹੜਾ ਹੈਗਾ ਇਹਦੇ ਝੋਨੇ ਕਣਕ ਦੇ ਸ਼ੱਕਰ 'ਚੋਂ ਅਸੀਂ ਕਿੱਦਾਂ ਕੱਢਾਂਗੇ ਅਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਸਾਡੇ ਜਿਹੜਾ ਨੌਜਵਾਨ ਆ ਸਾਡਾ ਬ੍ਰੇਨ ਡਰੇਨ ਹੋ ਰਿਹਾ ਸਾਡੀ ਰੇਨ ਡਰੇਨ ਹੋ ਰਹੀ ਆ ਰੇਨ ਜਿਹੜੀ ਹੈਗੀ ਆ ਬਾਰਿਸ਼ਾਂ ਦਾ ਪਾਣੀ ਧਰਤੀ ਥੱਲੇ ਕਿੱਦਾਂ ਜਾਵੇ ਅਤੇ ਸਾਡੇ ਜਿਹੜੇ ਬੱਚੇ ਬਾਹਰ ਨੂੰ ਦੌੜ ਰਹੇ ਆ ਉਹ ਇਸ ਕਰਕੇ ਦੌੜ ਰਹੇ ਆ ਕਿ ਉਹ ਸਾਡੇ ਸਿਸਟਮ ਤੋਂ ਨਿਰਾਸ਼ ਆ ਪੋਲੀਟੀਕਲ ਪਾਰਟੀਆਂ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਆ ਉਹ ਕਹਿੰਦੇ ਇੱਥੇ ਕੁਛ ਨਹੀਂ ਬਣਨਾ ਪਰ ਅਸੀਂ ਕਹਿੰਦੇ ਕਿ ਜਿਹੜੇ 80% ਲੋਕ ਆ ਜਿਹੜੇ ਵੋਟ ਪਾਉਂਦੇ ਆ ਜੇਕਰ ਅਸੀਂ ਹਰ ਪੋਲੀਟੀਕਲ ਪਾਰਟੀ ਮੋਹਰੇ ਇਹ ਰੱਖੀਏ ਤਾਂ ਅਸੀਂ ਕਹਿੰਦੇ ਕਿ ਕੋਈ ਪੋਲੀਟੀਕਲ ਪਾਰਟੀ ਇਹ ਨਹੀਂ ਕਹੂਗੀ ਕਿਉਂਕਿ ਜੋ ਪੋਲੀਟੀਕਲ ਪਾਰਟੀਆਂ ਕੀ ਕਰਦੀਆਂ ਜੋ ਲੋਕ ਮੰਗਦੇ ਆ ਅਤੇ ਜਿਹੜੇ ਮੰਗਣ ਵਾਲੇ ਉਹ ਤਾਂ ਮੰਗ ਲੈਂਦੇ ਉਹਨਾਂ ਨੂੰ ਸਾਰਾ ਕੁਛ ਦੇ ਰਹਿੰਦੇ ਕਿ ਜਿਹੜੀ 80% ਲੋਕਾਂ ਦੀ ਚੁੱਪੀ ਆ ਅਸੀਂ ਕਹਿੰਦੇ ਪੰਜਾਬ ਦੀ ਬਰਬਾਦੀ ਦਾ ਕਾਰਨ ਇਹੀ ਆ ਜੇ ਜਾਗਰੂਕ ਲੋਕ ਨਹੀਂ ਆਵਾਜ਼ ਉਠਾਉਂਦੇ ਤਾਂ ਅਸੀਂ ਉਹਨਾਂ ਲਾਚਾਰ ਲੋਕਾਂ ਦੇ ਉੱਤੇ ਛੱਡ ਦਈਏ ਵੀ ਇਹਨਾਂ ਕਰਕੇ ਸਾਡੀ ਜਿਹੜਾ ਹੈਗਾ ਸਰਕਾਰਾਂ ਨਹੀਂ ਵਧੀਆ ਚੋਣ ਹੁੰਦੀ ਆ ਇਹਨਾਂ ਕਰਕੇ ਹਾਲਾਤ ਬਣੇ ਇਸ ਕਰਕੇ ਸਾਨੂੰ ਜਿਹੜੀ ਹੈਗੀ ਆ ਸਾਰਿਆਂ ਨੂੰ ਆਵਾਜ਼ ਉਠਾਉਣੀ ਚਾਹੀਦੀ ਆ।
पर 550 के लगभग पिछले समय दौरान पिछले 10 साल तुहाडे मझां गावां कुत्ते घोड़े कैंसर पीड़ित आए। देखो जे मतलब मनुख की गल कर रहे साडी जिहड़ी पशु धन आ जिथों असीं दुध पी रहे हां ते इहदों अगे तां फिर कोई शब्द नहीं रह जांदे जी। ਉਹਦੇ ਵਿੱਚ ਵੀ ਹੈ ਕਿਉਂਕਿ ਜਿਹੜੇ ਹੈਗੇ ਆ ਜਿਹੜਾ ਕੋਈ ਜਾ ਕੇ ਉੱਥੇ ਉਹਨੂੰ ਚੈੱਕ ਕਰਾਊਗਾ ਜਦੋਂ ਪਸ਼ੂ ਆ ਮਰ ਜਾਂਦਾ ਕਿਹੜਾ ਉਹਦਾ ਇਲਾਜ ਕਰਾਉਂਦਾ। ਇਹ ਅੰਕੜੇ ਵੀ ਜਿਹੜੇ ਕਹਿੰਦੇ ਆ ਵੀ ਉਹ ਆ ਜਿਹੜਾ ਕੋਈ ਸਿਆਣਾ ਵਾ ਕਹਿੰਦਾ ਭਾਈ ਕੀ ਹੋਇਆ ਮੇਰੇ ਪਸ਼ੂ ਨੂੰ ਚੈੱਕ ਕਰਾਉਂਦਾ ਤੇ ਉਹਦੇ ਅੰਕੜੇ ਨਹੀਂ ਤਾਂ ਮਰ ਕੇ ਛੱਡਦੇ ਬੰਦੇ ਦਾ ਨਹੀਂ ਕੋਈ ਚੈੱਕ ਕਰਾਉਂਦਾ ਤੇ ਪਸ਼ੂਆਂ ਨੂੰ ਕਿਹਨੇ ਚੈੱਕ ਕਰਨਾ। ਸੋ ਹਾਲਾਤ ਬਾਹਲੇ ਮਾੜੇ ਜੋ ਦੇਖਦੇ ਆ ਇਹ ਤੋਂ ਹਜ਼ਾਰਾਂ ਗੁਣਾ ਹਾਲਾਤ ਮਾੜੇ ਜੋ ਅਸੀਂ ਕਾਗਜ਼ਾਂ 'ਚ ਦੇਖਦੇ ਆ। ਕਾਗਜ਼ਾਂ ਵਿੱਚ ਉਹ ਕੁਛ ਨਹੀਂ ਜੋ ਕੁਛ ਸਾਡੀ ਧਰਤੀ 'ਤੇ ਹੋਇਆ। ਪਸ਼ੂਆਂ ਦੇ ਕਿੰਨੇ ਅੰਕੜੇ ਆਏ ਤੁਹਾਡੇ ਕੋਲ? ਇਹ ਹੈ ਜੀ ਮੈਂ 2010 'ਚ ਲਏ ਸੀਗੇ ਉਦੋਂ ਮੈਨੂੰ ਜਿਵੇਂ ਪਟਿਆਲਿਓਂ 45 ਪਸ਼ੂ ਫਰੀਦਕੋਟ ਤੋਂ ਸੀਗੇ ਬਠਿੰਡੇ ਦੇ ਮੈਂ ਪਿਛਲੇ ਜਿਹੜੀ 18,000 RTA ਲਈ 550 ਲਗਭਗ ਦੱਸਿਆ ਗਿਆ ਸੀ ਬਠਿੰਡੇ ਜ਼ਿਲ੍ਹੇ ਦਾ। ਉਸ ਤੋਂ ਬਾਅਦ ਸਰਕਾਰ ਨੇ ਗੁਪਤ ਹਦਾਇਤਾਂ ਕੀਤੀਆਂ ਸੀ ਵੀ ਰਿਕਾਰਡ ਦੇ ਵਿੱਚ ਤੁਸੀਂ ਪਸ਼ੂਆਂ ਦੇ ਅੰਕੜੇ ਨਹੀਂ ਰੱਖਣੇਗੇ। ਇਹਦੇ ਵਿੱਚ ਮੱਝਾਂ ਨੂੰ ਵੀ ਆ ਘੋੜਿਆਂ ਨੂੰ ਵੀ ਕੁੱਤਿਆਂ ਨੂੰ ਵੀ ਬਿੱਲਿਆਂ ਨੂੰ ਸੇਮ ਮੇਰੇ ਕੋਲ ਫੋਟੋਆਂ ਤੁਹਾਨੂੰ ਦੇ ਵੀ ਦਿੰਦਾ ਜਿਵੇਂ ਤੰਬਾਕੂ ਖਾਣ ਜਾੜ ਜਾਂ ਕੁੱਤੇ ਦੇ ਵੀ ਇਸੇ ਤਰ੍ਹਾਂ ਹੀ ਆ ਅਤੇ ਕੁੱਤੀ ਦੇ ਜਿਹੜਾ ਦੁੱਧ ਆ ਜਿਵੇਂ ਭੈਣਾਂ ਦੇ ਹੋ ਜਾਂਦਾ ਉਸੇ ਤਰ੍ਹਾਂ ਕੁੱਤੀ ਦੇ ਮੈਨੂੰ ਡਾਕਟਰ ਨੇ ਕੋਲੇ ਖਾਚ ਮਤਲਬ ਸਰਕਾਰ ਨਹੀਂ ਚਾਹੁੰਦੀ ਵੀ ਲੋਕਾਂ 'ਚ ਆਵੇ ਰੌਲਾ ਪਊਗਾ ਅਤੇ ਨਾ ਹੀ ਅਸੀਂ ਜਿਹੜੇ ਮਹਿਕਮੇ ਆ ਜੇ ਹੁਣ ਗੁਰੂ ਅੰਗਦ ਦੇਵ ਯੂਨੀਵਰਸਿਟੀ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਹੁਣ ਤੱਕ ਕਿੰਨੇ ਪਸ਼ੂ ਤੁਹਾਡੇ ਕੋਲ ਆਏ ਨੇ ਪੰਜਾਬ 'ਚ ਉਹ ਕਹਿੰਦੇ ਸਾਡੇ ਕੋਲ ਕੋਈ ਆਇਆ ਹੀ ਨਹੀਂ। ਅਸੀਂ ਮੁਨਕਰ ਹੋ ਗਏ ਹਾਂ ਅੰਦਰੇ ਅੰਦਰੇ ਵਿਸਫੋਟ ਬਣ ਰਿਹਾ ਜਿਵੇਂ ਕੈਂਸਰ ਕੀ ਆ ਗੰਢ ਆ ਅਤੇ ਪੰਜਾਬ ਨੂੰ ਹੁਣ ਕੈਂਸਰ ਲੱਗਾ ਵੀ ਇਹ ਗੰਢ ਨੂੰ ਆਪਾਂ ਸਾਰੇ ਚੁੱਪ ਕਰਕੇ ਭਾਣਾ ਮੰਨ ਕੇ ਵੜੀ ਜਾਂਦੇ ਜਾਂ ਕੁਛ ਵੀ ਘਰੇ ਅੰਦਰ ਅਤੇ ਜਦੋਂ ਪਟਾਕਾ ਪੈਂਦਾ ਜਿਹਦਾ ਘਰ ਜੀ ਚਲਾ ਜਾਂਦਾ ਉਹਨੂੰ ਪਤਾ ਉਹਦੇ ਘਰ ਵੀ ਤਬਾਹ ਹੋ ਜਾਂਦਾ ਜੀ ਉਹ ਸਾਰੀ ਉਮਰ ਆਰਥਿਕਤਾ ਤੋਂ ਨਿਕਲ ਨਹੀਂ ਸਕਦਾ ਗਾ। ਇਸ ਕਰਕੇ ਪਸ਼ੂਆਂ ਦੇ ਕਾਰਨ ਇਹੀ ਧੰਨ ਦੂਜਾ ਜਿਹਦੇ ਬੱਕਰੀ ਨੂੰ ਹੋਊਗਾ ਉਹਨੇ ਝੜਕਾਈ ਨੂੰ ਦੇ ਦੇਣੀ ਆ ਜੀ ਆਪਾਂ ਨੂੰ ਵੀ ਆ 500 ਦਿਓ ਉਹ ਜਿਨ੍ਹਾਂ ਨੇ ਮੀਟ ਖਾਣਾ ਜਿਨ੍ਹਾਂ ਨੇ ਦੁੱਧ ਪੀਣਾ ਹੈ ਨਾ। ਇਸ ਇਹ ਮਤਲਬ ਬਹੁਤ ਗੰਭੀਰ ਸਮੱਸਿਆ ਪਾਣੀ ਹਵਾ ਧਰਤੀ ਖਾਦ ਖਰਾਕ ਸਾਰਾ ਕੁਝ। ਜੇ ਦੁਧਾਰੂ ਪਸ਼ੂ ਜਿਹੜੇ ਕੈਂਸਰ ਨਾਲ ਨੇ ਉਹਨਾਂ ਦਾ ਕੋਈ ਜਿਹੜਾ ਆਪਾਂ ਦੁੱਧ ਸਾਰੇ ਪੀਂਦੇ ਆ ਉਹਦਾ ਕੋਈ ਅਸਰ ਹੁੰਦਾ ਇਹਦਾ? ਅਸਰ ਤਾਂ ਹੋਏਗਾ ਜੀ, ਦੇਖੋ ਜ਼ਹਿਰ ਤਾਂ ਜ਼ਹਿਰ ਹੀ ਆ ਨਾ ਜੀ। ਜੇ ਉਹ ਜਿਹੜੀ ਕਾਰਨ ਕਰਕੇ ਪਸ਼ੂ ਨੂੰ ਹੋਇਆ ਦੁੱਧ ਤਾਂ ਉਹੀ ਹੈ ਨਾ, ਉਹੀ ਪਸ਼ੂ ਬੰਦਾ ਪੀ ਰਿਹਾ ਨਾ, ਬੰਦੇ ਦੇ ਉੱਤੇ ਅਸਰ ਹੋਊਗਾ। ਉਹ ਜਿਹੜੀ ਚੀਜ਼ ਦਾ ਜਿਹੜਾ ਸਾਡੀਆਂ ਜ਼ਹਿਰੀਲੀ ਚੀਜ਼ਾਂ ਅਸੀਂ ਪਾ ਰਹੇ ਹਾਂ ਧਰਤੀ 'ਚ ਉਹਦਾ ਹੀ ਆਪਾਂ ਪਾਣੀ ਆਰੋ ਕਰਕੇ ਪੀ ਲਾਂਗੇ ਜੀ। ਪਸ਼ੂਆਂ ਨੂੰ ਤਾਂ ਅਸੀਂ ਨਲਕੇ ਦਾ ਹੀ ਪਿਆਵਾਂਗੇ ਨਾ ਜੀ, ਟੂਟੀ ਦਾ ਉਹੀ ਜਿਹੜਾ ਜ਼ਹਿਰ ਵਾਲਾ, ਜਿਹੜਾ ਚਾਰਾ ਅਸੀਂ ਲੋੜੋਂ ਵੱਧ ਉਹਨਾਂ ਨੂੰ ਰੇਹ ਸਪਰੇਅ ਪਾ ਰਹੇ ਹਾਂ ਖੇਤਾਂ ਦੇ ਵਿੱਚ। ਅਸੀਂ ਇਹ ਨਹੀਂ ਦੇਖ ਰਹੇ ਵੀ ਸਾਡੇ ਬੱਚਿਆਂ ਨੇ ਵੀ ਪੀਣਾ, ਅਸੀਂ ਪਾ ਰਹੇ ਹਾਂ ਵੀ ਪਸ਼ੂ ਨੂੰ ਮਤਲਬ ਵੱਧ ਚਾਰਾ ਹੋਵੇ ਅਤੇ ਪਸ਼ੂ ਵੱਧ ਦੁੱਧ ਦੇਵੇ। ਠੀਕ ਆ, ਉਹਦੇ ਵਿੱਚ ਕਿਸਮਾਂ ਸਾਰੀਆਂ ਹੀ ਜੋ ਮਨੁੱਖ ਦੇ ਵਿੱਚ ਪਾਈਆਂ ਜਾਂਦੀਆਂ, ਕਿਉਂਕਿ ਹਵਾ ਖਾਦ ਖੁਰਾਕ ਪਾਣੀ ਤਾਂ ਜੋ ਮਨੁੱਖ ਲੈ ਰਿਹਾ ਉਹੀ ਜਾਨਵਰ ਲੈ ਰਹੇ ਨੇ।